ਦੇਸ਼ ਪਰਦੇਸ਼ ਦੀ ਦੇਖ ਰਹੇ ਸਾਰੇ ਸਰੋਤਿਆਂ ਦਾ ਤੇ ਸਾਰੇ ਦਰਸ਼ਕਾਂ ਦਾ ਇਸ਼ਤਾ ਭਾਰਦਵਾਜ ਵੱਲੋਂ ਸਵਾਗਤ ਹੈ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਵਿੱਚ ਆ ਕੇ ਮਾਣ ਵਾਲੀ ਗੱਲ ਹੈ ਹੀ ਅਜਿਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਲ ਹੀ ਦੇ ਵਿੱਚ ਟੋਕੀਓ 올림픽ਸ ਦੇ ਵਿੱਚ ਇੰਡੀਅਨ ਹਾਕੀ ਟੀਮ ਦੇ ਕੈਪਟਨ ਮੰਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਦੀ ਸਿਲੈਕਸ਼ਨ ਹੋ ਚੁੱਕੀ ਹੈ ਤੇ ਇੱਥੇ ਆਣਾ ਸਾਡਾ ਬਣਦਾ ਹੀ ਹੈਗਾ ਕਿ ਇੱਥੇ ਦੇ ਪਲੇਅਰਸ ਦਾ ਕੀ ਕਹਿਣਾ ਹੈਗਾ ਇਸ ਪੂਰੀ ਸਿਚੁਏਸ਼ਨ ਨੂੰ ਲੈ ਕੇ ਤੇ ਕਿੰਨਾ ਕੁ ਮਾਨ ਮਹਿਸੂਸ ਉਹ ਕਰ ਰਹੇ ਨੇ ਇਸ ਵੇਲੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਮੌਜੂਦਾ ਕੋਚ ਦੇ ਨਾਲ ਬਲਵਿੰਦਰ ਸਿੰਘ ਜਿਹਦੇ ਨਾਲ ਜਿਹੜੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਅ ਸਰ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਉਹੀ ਜਾਣ ਲਈਏ ਅ ਸਭ ਸਭ ਤੋਂ ਪਹਿਲਾਂ ਤਾਂ ਜੀ ਐਜ਼ ਐਜ਼ ਅ ਮਿੱਠਾਪੁਰ ਦੇ ਨਿਵਾਸੀ ਅ ਪੰਜਾਬੀ ਐਜ਼ ਅ ਪੰਜਾਬੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਬਿਕੋਸ ਹਰ ਇੱਕ ਪਲੇਅਰ ਦਾ ਇੱਕ ਡ੍ਰੀਮ ਹੁੰਦਾ ਕਿ ਇੱਕ ਦਿਨ ਉਹ ਆਪਣੇ ਕੰਟਰੀ ਨੂੰ 올림픽 ਚ ਰਿਪਰੈਜ਼ੈਂਟ ਕਰੇ ਔਰ ਮਨਦੀਪ ਸਿੰਘ ਔਰ ਮਨਪ੍ਰੀਤ ਸਿੰਘ ਦਾ ਟੀਮ ਚ ਨਾਮ ਆਉਣਾ ਇਹ ਸਾਡੇ ਨਗਰ ਵਾਸਤੇ ਸਾਡੇ ਪਿੰਡ ਵਾਸਤੇ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਜੀ ਜੀ ਤੇ ਤੁਸੀਂ ਸਿਚੁਏਸ਼ਨ ਬਹੁਤ ਨੇੜੇੋਂ ਦੇਖ ਰਹੇ ਹੋ ਪਲੇਅਰਸ ਨੂੰ ਬਹੁਤ ਨੇੜੇੋਂ ਦੇਖ ਰਹੇ ਹੋ ਤੁਹਾਨੂੰ ਹੁਣ ਜਿਹੜੇ ਮੌਜੂਦਾ ਪਲੇਅਰਸ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਕਿਹੋ ਜਿਹੀ ਲੱਗਦੀ ਹੈ ਉਹ ਵੀ ਅੱਗੇ ਕਾਬਿਲ ਹੈਗੇ ਆ ਜਾਣ ਦੇ ਲਈ ਸਾਡੇ ਸਾਡੇ ਕੋਲ ਇੱਥੇ ਅਕੈਡਮੀ ਚੱਲ ਰਹੀ ਹੈ ਜ ਜਿਹਨੂੰ ਰਾਉਂਡ ਗਲਾਸ ਸਪੋਰਟਸ ਸਪான்ਸਰ ਕਰ ਰਿਹਾ ਹੈ ਔਰ ਤੁਸੀਂ ਜਾਣ ਕੇ ਬੜਾ ਹੈਰਾਨ ਹੋਵੋਗੇ ਕਿ ਜੋ ਇਸ ਟਾਈਮ ਇੰਡੀਅਨ ਹਾਕੀ ਨੂੰ ਫੈਸਿਲਿਟੀਆਂ ਮਿਲ ਰਹੀਆਂ ਨੇ ਜੋ ਇੰਡੀਅਨ ਹਾਕੀ ਦਾ ਸ਼ਡਿਊਲ ਹੈ ਜਾਂ ਪ੍ਰੈਕਟਿਸ ਸ਼ਡਿਊਲ ਹੈ ਉਹ اسی ਚੀਜ਼ ਇੱਥੇ ਫਾਲੋ ਕਰ ਰਹੇ ਆ ਇਸ ਇੱਕ ਵੱਡਾ ਕਾਰਨ ਹੈ ਕਿ ਜਦੋਂ ਇੰਡੀਅਨ ਟੀਮ ਵਿੱਚ ਜਾਂਦੇ ਹਨ ਤੇ ਉਹਨਾਂ ਨੂੰ ਸਟਰਗਲ ਇੰਨਾ ਨਹੀਂ ਕਰਨਾ ਪੈਂਦਾ ਸੋ ਹਾਂਜੀ ਸੋ ਸਾਡੇ ਬੱਚਿਆਂ ਨੂੰ ਬਿਲਕੁਲ ਸਾਡੀ ਕੋਸ਼ਿਸ਼ ਇਹ ਹੈ ਕਿ ਜੋ ਉਸ ਟਾਈਮ ਉਸ ਉਸ ਇੰਡੀਅਨ ਹਾਕੀ ਕੈਂਪ ਦੇ ਵਿੱਚ ਜੋ ਫੈਸਿਲਿਟੀਆਂ ਜਾਂ ਜੋ ਸ਼ਡਿਊਲ ਚੱਲ ਰਿਹਾ ਹੈ ਅਸੀਂ ਉਸ ਚੀਜ਼ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਸਰ ਗਰਮੀ ਦਾ ਬਹੁਤ ਵੇਲਾ ਹੈਗਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਹੀ ਹੈ ਇਹ ਤੁਸੀਂ ਇੰਡੀਅਨ ਹਾਕੀ ਟੀਮ ਦੇ ਲਈ ਫਾਇਦੇਮੰਦ ਮੰਦੇ ਹੈਗੇ ਹੋ ਅ ਦੇਖੋ ਜੀ ਬੇਸਿਕਲੀ ਜਦੋਂ ਵੀ ਕਰੋਨਾ ਦਾ ਹੋਇਆ ਸੀਗਾ ਉਸ ਤੋਂ ਬਾਅਦ ਮੋਸਟਲੀ ਟੀਮ ਜਿਹੜੀਆਂ ਯੂਰਪੀਅਨ ਟੀਮ ਸਪੈਸ਼ਲ ਉਹਨਾਂ ਦੀ ਟ੍ਰੇਨਿੰਗ ਔਰ ਕੈਂਪ ਵਗੈਰਾ ਬੰਦ ਹੋ ਗਿਆ ਸੀ ਪਰ ਇੰਡੀਅਨ ਟੀਮ ਬੈਂਗਲੌਰ ਦੇ ਵਿੱਚ ਕੰਟੀਨਿਊਸਲੀ ਪ੍ਰੈਕਟਿਸ ਕਰ ਰਹੀ ਸੀ ਔਰ ਟੋਕੀਓ ਦੇ ਵਿੱਚ ਸਪੈਸ਼ਲੀ ਜੋ ਵੈਦਰ ਹੋਗਾ ਕਾਫੀ ਵਾਰਮ ਹੋਣਾ ਡੂਰਿੰਗ ਦਾ 올ਿਮਪਿਕਸ ਸੋ ਕਿਤੇ ਨਾ ਕਿਤੇ ਉਹ ਆਪਣੇ ਪਲੇਅਰਸ ਲਈ ਬਹੁਤ ਵੱਡਾ ਐਡਵਾਂਟੇਜ ਹੈ ਬਿਕੋਜ਼ ਅਗਰ ਤੁਸੀਂ ਯੂਰਪੀਅਨ ਟੀਮ ਲਗਾਓ ਜਾਂ ਤੁਸੀਂ ਅਦਰ ਕੰਟਰੀਜ਼ ਦੀ ਟੀਮ ਲਗਾਓ ਦੇ ਆਰ ਯੂਸ ਟੂ ਵਿਦ ਦਾ ਕੋਲਡ ਵੈਦਰ ਸੋ ਇਸ ਦਿਸ ਆਈ ਥਿੰਕ ਦਿਸ ਇਸ ਦਾ 빅 ਜੀ ਤੇ ਜਿਹੜੇ ਦਰਸ਼ਕ ਸੁਣ ਰਹੇ ਹੈਗੇ ਆ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੋਣੀ ਹੈ ਸੁਣ ਕੇ ਕਿ ਚਲੋ ਸਾਡੇ ਕੋਲ ਇੱਕ ਪਲੱਸ ਪੁਆਇੰਟ ਹੈਗਾ ਇੱਕ ਤੇ ਪਲੇਅਰਸ ਵੀ ਬੜੇ ਵਧੀਆ ਨੇ ਟੈਕਨੀਕ ਸਰ ਤੁਸੀਂ ਟੈਕਨੀਕਸ ਸਜ਼ਾਦਾ ਜ਼ੋਰ ਦਿੰਦੇ ਹੈਗੇ ਹੋ ਜਾਂ ਸਟੈਮੀਨਾ ਤੇ ਤੁਹਾਡਾ ਫੋਕਸ ਕਿਸ ਉੱਤਰ ਰੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਜੀ ਫਿਟਨੈਸ ਜਿਹੜੀ ਹੈ ਦਿਸ ਇਜ਼ ਵੈਰੀ ਇੰਪੋਰਟੈਂਟ ਐਂਡ ਆਲਸੋ ਇਹ ਇਟਸ ਡਿਪੈਂਡ ਔਨ ਏਜ ਕੈਟਾਗਰੀ ਜਦੋਂ ਸਾਡੇ ਕੋ ਮੇਰੇ ਕੋ ਬੱਚੇ ਜਿਹੜੇ ਸਟਾਰਟ ਹੋ ਜਾਂਦੇ ਆ ਦੇ ਆਰ 8 অর 7 ਇਅਰਸ 올ਡ ਸੋ ਉਹਨਾਂ ਤੇ ਬੇਸਿਕਲੀ ਉਹਨਾਂ ਤੇ ਸਾਨੂੰ ਫਿਟਨੈਸ ਦੀ ਜ਼ਰੂਰਤ ਨਹੀਂ ਸਾਨੂੰ ਉਹਨਾਂ ਨੂੰ ਟੈਕਟੀਕਲ ਚੀਜ਼ਾਂ ਦੱਸਣ ਦੀ ਜ਼ਰੂਰਤ ਆ ਟੈਕਨੀਕਲ ਬਿਕੋਜ਼ ਅਗਰ ਉਹਨਾਂ ਦਾ ਬੇਸ ਅੱਛਾ ਹੋ ਜਾਏਗਾ ਤੇ ਦੈਨ ਦੇ ਆਰ ਅ ਗੁੱਡ ਪਲੇਅਰ ਔਰ ਜਦੋਂ ਥੋੜਾ ਜਿਹਾ ਇਫ ਯੂ ਆਰ ਓਵਰ 14 ਓਵਰ 15 ਇਅਰਸ 올ਡ ਦੈਨ ਵੀ ਸਟਾਰਟ ਵਰਕਿੰਗ ਔਨ ਫਿਟਨੈਸ ਔਰ ਫਿਟਨੈਸ ਅੱਜ ਦੀ ਹਾਕੀ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਆ ਤੁਸੀਂ ਗ੍ਰਾਸ ਗਰਾਊਂਡ ਆ ਪਰ ਅਗਰ ਇਫ ਯੂ ਪਲੇ ਇਨ ਐਸਟੋ ਟਰਫ ਸੋ ਯੂ ਨੀਡ ਅ ਵੈਰੀ ਗੁੱਡ ਫਿਟਨੈਸ ਤੇ ਸਰ ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਜਾਏ ਸਰਕਾਰ ਦੀ ਗੱਲ ਕੀਤੀ ਜਾਏ ਕੀ ਤੁਹਾਨੂੰ ਪੂਰੀ ਸਹੂਲਤਾਂ ਹੈਲਪ ਮਿਲ ਰਹੀ ਹੈਗੀ ਐ ਸਾਡੇ ਲਈ ਇੱਕ ਤਾਂ ਬਹੁਤ ਪ੍ਰਾਊਡ ਦੀ ਵੀ ਗੱਲ ਹੈ ਇੱਕ ਸਾਡੇ ਲਈ ਬਹੁਤ ਅਸੀਂ ਕਹਿ ਸਕਦੇ ਕਿ ਕਿ ਖੁਸ਼ਕਿਸਮਤ ਹਾਂ ਕਿ ਸਾਡੇ ਪਿੰਡ ਦੇ ਸਾਡੇ ਆਈਡਲ ਜਿਹਨੂੰ ਕਹਿ ਸਕਦੇ ਅਸੀਂ ਕਿ ਸਰਦਾਰ ਪ੍ਰਗਟ ਸਿੰਘ ਜੀ ਦਾ ਕੈਪਟਨ ਆਫ ਫਾਰਮਰ ਕੈਪਟਨ ਆਫ ਇੰਡੀਅਨ ਹਾਕੀ ٹیم ਪਦਮਸ਼ਰੀ ਉਹ ਸਾਡੇ ਏਰੀਆ ਦੇ ਐਮ ਐਲ ਏ ਸੋ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਆ ਪਲੇਅਰਸ ਨੂੰ ਸਾਡੇ ਬੱਚਿਆਂ ਨੂੰ ਅਗਰ ਸਾਨੂੰ ਕਿਸੇ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਆਈ ਥਿੰਕ ਕਈ ਵਾਰ ਲੈ ਸਾਨੂੰ ਬੋਲਣ ਦੀ ਵੀ ਲੋੜ ਨਹੀਂ ਉਹ ਆਪਣੇ ਆਪ ਸਾਰਾ ਕੁਝ ਜੋ ਵੀ ਆ ਓਰੇਂਜ ਕਰਦੇ ਆ ਜੀ ਤੇ ਹੁਣੇ ਆਪਾਂ ਬਲਵਿੰਦਰ ਜੀ ਨੂੰ ਰਿਕੁਐਸਟ ਕਰਾਂਗੇ ਕਿ ਹੱਲੇ ਇੱਥੇ ਚੱਲ ਰਹੀ ਹੈਗੀ ਪ੍ਰੈਕਟਿਸ ਲੇਕਿਨ ਸਾਨੂੰ ਕੁਝ ਪਲੇਅਰਸ ਨਾਲ ਜ਼ਰੂਰ ਮਿਲਵਾਨ ਆਓ ਤੁਹਾਨੂੰ ਲੈ ਚੱਲਦੇ ਹਾਂ ਕੁਝ ਪਲੇਅਰਸ ਦੇ ਵੱਲ ਜਿਨ੍ਹਾਂ ਨੇ ਮਨਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਨੇੜੇੋਂ ਦੇਖਿਆ ਹੈਗਾ ਪ੍ਰੈਕਟਿਸ ਕਰਦੇ ਹੋਏ ਤੁਹਾਡੇ ਪਲੇਅਰਸ ਨਾਲ ਵੀ ਆਪਾਂ ਗੱਲਬਾਤ ਕਰਵਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਸਭ ਤੋਂ ਜ਼ਰੂਰੀ ਸ਼ਖਸ ਹੈਗੇ ਉਹਨਾਂ ਨਾਲ ਆਪਾਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਜਿਨ੍ਹਾਂ ਨੂੰ ਹੋਰ ਵੀ ਹਾਕੀ ਪਲੇਅਰਸ ਨੂੰ ਜਿਨ੍ਹਾਂ ਨੇ ਕੋਚਿੰਗ ਦਿੱਤੀ ਹੈਗੀ ਹੈ ਜਿਨ੍ਹਾਂ ਦੀ ਬਦੌਲਤ ਅਜੋ ਟੋਕੀਓ 올림픽ਸ ਦੇ ਵਿੱਚ ਕੁਆਲੀਫਾਈ ਕਿਤੇ ਹੈਗੇ ਐ ਜੋ ਉਹਨਾਂ ਦੀ ਜਰਨੀ ਦਾ ਇੱਕ ਅਹਿਮ ਹਿੱਸਾ ਬਣੇ ਉਹਨੇ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਰ ਤੁਸੀਂ ਬਹੁਤ ਨੇੜੇ ਉਹਨਾਂ ਨੂੰ ਖੇਡਦੇ ਦੇਖਿਆ ਹੈਗਾ ਕਿੰਨੀ ਉਹਨਾਂ ਦੀ ਉਮਰ ਸੀਗੀ ਜੋ ਤੁਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ ਨੀਅਰ ਵਟ ਮਨਪ੍ਰੀਤ ਮਨਦੀਪ ਦੋਨੋਂ ਤਕਰੀਬਨ 10 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਹਾਕੀ ਫੜ ਲਈ ਸੀ ਜੀ ਤੇ ਮਤਲਬ ਬਹੁਤ ਛੋਟੇ ਸੀਗੇ ਤੋਂ ਤੁਸੀਂ ਉਹਨਾਂ ਦਾ ਹੱਥ ਫੜਿਆ ਕੀਤੀ ਉਹਨਾਂ ਨੇ ਜੀ ਹਾਂਜੀ ਤੇ ਕਿਦਾਂ ਦਾ ਉਹ ਖੇਲਦੇ ਸੀਗੇ ਤੇ ਤੁਸੀਂ ਕਿਸ ਤਰ੍ਹਾਂ ਗਾਈਡ ਕੀਤਾ ਉਹਨਾਂ ਨੂੰ ਖੇਲਨ ਨੂੰ ਤੇ ਦੋਨੋਂ ਹੀ ਬੱਚੇ ਤਕਰੀਬਨ ਬਹੁਤ ਵਧੀਆ ਸੀਗੇ ਸ਼ੁਰੂ ਤੋਂ ਜਦੋਂ ਉਹਨਾਂ ਨੇ ਮਾਲੋ ਸਟਾਰਟਿੰਗ ਵੀ ਕੀਤੀ ਆ ਕਿ ਬੱਚੇ ਦਾ ਸਟਰਕਚਰ ਡਿਸਪੈਂਡਾ ਵੀ ਬੱਚਾ ਪਲੇਅਰ ਬਣ ਸਕਦਾ ਆ ਜੀ ਜੀ ਤੇ ਉਹ ਦੂਸਰੀ ਗੱਲ ਜੇ ਆਪਾਂ ਉਹਨਾਂ ਨੂੰ ਲਈਏ ਸਿਨਿਉਰਿਟੀ ਬਹੁਤ ਹੀ ਬੱਚੇ ਸੀਰੀਅਸ ਸੀਗੇ ਹੌਕੀ ਜੀ ਲੈਣ ਵਾਸਤੇ ਮਤਲਬ ਕਿ ਖੇਡਣ ਲਈ ਕਦੀ ਵੀ ਉਹਨਾਂ ਦੀ ਕੋਈ ਸ਼ਰਾਰਤ ਨਹੀਂ ਇਦਾਂ ਦੀ ਸੀਗੀ ਗਰਾਊਂਡ ਦੇ ਵਿੱਚ ਕਿ ਅਸੀਂ ਖੇਡਣ ਨਹੀਂ ਆਏ ਲੇਕਿਨ ਸ਼ਰਤਾਂ ਕਰਨਾ ਹੈ ਪਰ ਉਹਨਾਂ ਨੂੰ ਜੋ ਦੱਸਿਆ ਜਾਂਦਾ ਸੀ ਉਹ ਉਹਨੂੰ ਬਹੁਤ ਹੀ ਵਧੀਆ ਧਿਆਨ ਦੇ ਨਾਲ ਕਰਦੇ ਸੀਗੇ ਹਮ ਸਰ ਇੱਕ ਬਹੁਤ ਵਧੀਆ ਲਿੰਕ ਜੁੜ ਜਾਂਦਾ ਹੈਗਾ ਕੋਚ ਤੇ ਉਸ ਦੇ ਸਟੂਡੈਂਟਸ ਦਾ ਲੇਕਿਨ ਸਖਤ ਵੀ ਰਹਿਣਾ ਪੈਂਦਾ ਹੈ ਤਾਂ ਤੁਸੀਂ ਤੁਹਾਡਾ ਕਿਸ ਤਰ੍ਹਾਂ ਦਾ ਉਸੇ ਕੋਸ਼ਿਸ਼ ਕਰਦੇ ਹੋ ਕਿ ਰਵਈਆ ਰਹੇ ਕਿ ਉਹ ਖੇਡਣ ਵੀ ਤੇ ਲੇਕਿਨ ਉਹ ਲਿੰਕ ਵੀ ਬਣਿਆ ਰਹੇ ਐਚੁਅਲੀ ਬੱਚੇ ਨੂੰ ਜਿਹੜਾ ਆ ਉਹ ਸਿਰਫ ਪਿਆਰ ਦੇ ਨਾਲ ਹੀ ਕਰਾਇਆ ਜਾਂਦਾ ਕੁਛ ਕੋਈ ਐਨੀਮਨ ਆਪਾਂ ਲਾ ਸਕਦੇ ਕੋਈ ਵੀ ਬੱਚਾ 100 ਚ ਇੱਕ ਦਾ ਬੱਚਾ ਹੋ ਜੇ ਇਹਨੂੰ ਸ਼ਕਤੀ ਆਪਾਂ ਨੂੰ ਵਰਤਣੀ ਪਊਗੀ ਪਰ ਇਹਨਾਂ ਬੱਚਿਆਂ ਦੇ ਸਾਨੂੰ ਸ਼ਕਤੀ ਵਰਤਣ ਦੀ ਜ਼ਰੂਰਤ ਨਹੀਂ ਪਈ ਕਿ ਇਹਨਾਂ ਨੇ ਖੁਦ ਹੀ ਇਹਨਾਂ ਨੂੰ ਜਿੰਨਾ ਦੱਸਿਆ ਗਿਆ ਉਹ ਆਪਣਾ ਬਾਕੋ ਬੀ ਨਭਾਉਂਦੇ ਰਹੇ ਆ ਜੀ ਤੇ ਮਿਹਨਤ ਦੇ ਪੱਖੋਂ ਤੇ ਬਹੁਤ ਹੀ ਜ਼ਿਆਦਾ ਸੀਰੀਅਸ ਹੈਗੇ ਤੇ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਮੌਲਿਸ਼ ਕੀਤਾ ਸਾਡੇ ਸਰਜੀਤ ਸਿੰਘ ਮਿੱਠਾ ਸਟਮ ਡੀਐਸਪੀ ਰਟਾਇਰ ਨੇ ਅਮਰੀਕਾ ਦੇ ਵਿੱਚ ਠੀਕ ਹੈ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਇਹਨਾਂ ਦੇ ਬੱਚਿਆਂ ਤੇ ਜੀ ਤੇ ਹਾਕੀ ਤੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਆ ਜੀ ਜੀ ਤੇ ਮੈਂ ਜਿਹੜਾ ਇੱਥੇ ਕੰਮ ਸ਼ੁਰੂ ਕੀਤਾ ਸੀ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਮੈਨੂੰ ਇੱਥੇ ਸਨ 2006 ਦੇ ਵਿੱਚ ਇੱਥੇ ਐਜ ਕੋਚ ਪਾਇੰਟ ਕੀਤਾ ਸੀਗਾ ਉਸ ਤੋਂ ਬਾਅਦ 11 ਸਾਲ ਮੈਂ ਕੋਚਿੰਗ ਕੀਤੀ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਇਥੇ ਹੁਣ ਆਪਾਂ ਤੁਹਾਨੂੰ ਮਿਲਾਵਾਂਗੇ ਪਲੇਅਰਸ ਦੇ ਨਾਲ ਜੋ ਕੱਲ ਦਾ ਭਵਿੱਖ ਨੇ ਜੋ ਇਹ ਜਾਣਦੇ ਹੈਗੇ ਕਿ ਉਹਨਾਂ ਨੇ ਮਨਦੀਪ ਸਿੰਘ ਤੇ ਮਨਪ੍ਰੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਕਿੱਦਾਂ ਚੱਲਣਾ ਹੈਗਾ ਹੋਰ ਵੀ ਜਿਹੜੇ ਪਲੇਅਰਸ ਨੇ ਉਹਨਾਂ ਦਾ ਨਾਂ ਤਾਂ ਰੌਸ਼ਨ ਹੋ ਹੀ ਰਿਹਾ ਇਹਨਾਂ ਨੇ ਹੁਣ ਆਪਣਾ ਨਾਮ ਰੌਸ਼ਨ ਕਰਨਾ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਐਸ਼ਪ੍ਰੀਤ ਸਿੰਘ ਲਵ ਸਿੰਘ ਤੇ ਗੁਰਜੋਤ ਸਿੰਘ ਆਓ ਇਹਨਾਂ ਨਾਲ ਕਰਦੇ ਹਾਂ ਖਾਸ ਮੁਲਾਕਾਤ ਇਹਨਾਂ ਨੂੰ ਆਪਾਂ ਥੋੜੇ ਇੰਟਰਪਟ ਕਰਾਂਗੇ ਮੈਨੂੰ ਥੋੜਾ ਜਿਹਾ ਤੁਹਾਡਾ ਟਾਈਮ ਚਾਹੀਦਾ ਹੈਗਾ ਇਹ ਹੈਗੇ ਨੇ ਐਸ਼ਪ੍ਰੀਤ ਸਿੰਘ ਜੀ ਅ ਐਸ਼ਪ੍ਰੀਤ ਸਿੰਘ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਥੈਂਕ ਯੂ ਮੈਮ ਅ ਐਸ਼ਪ੍ਰੀਤ ਸਿੰਘ ਤੁਹਾਡਾ ਤੁਹਾਨੂੰ ਪਤਾ ਹੈਗਾ ਕਿ ਸੈলেকਸ਼ਨ ਹੋਈ ਹੈ ਟੋਕੀਓ 올림픽ਸ ਦੇ ਵਿੱਚ ਤੁਹਾਡੇ ਬਹੁਤ ਸੀਨੀਅਰਸ ਦੀ ਤੇ ਤੋ ਤੁਸੀਂ ਹੁਣ ਉਹਨਾਂ ਨੂੰ ਮਿਲੇ ਵੀ ਹੈਗੇ ਉਹ ਕਦੀ ਹਾਂਜੀ ਜੀ ਜਦੋਂ ਆਉਂਦੇ ਆ ਸਾਡੇ ਪ੍ਰੈਕਟਿਸ ਕਰਾਉਂਦੇ ਆ ਬਹੁਤ ਵਧੀਆ ਕਰਾਉਂਦੇ ਆ ਜਦੋਂ ਆਉਂਦੇ ਆ ਮੋਟੀਵੇਸ਼ਨ ਸਪੀਚਾਂ ਜਾਂ ਬਹੁਤ ਵਧੀਆ ਜਦੋਂ ਆਉਂਦੇ ਆ ਕੈਂਪ ਤੋਂ ਗਰਾਊਂਡ 'ਚ ਜ਼ਰੂਰੀ ਆਉਂਦੇ ਆ ਉਹ ਜਾ ਸਾਨੂੰ ਬਹੁਤ ਵਧੀਆ ਪ੍ਰੈਕਟਿਸ ਕੋਈ ਵੀ ਹੋਰ ਬਹੁਤ ਵਧੀਆ ਟਿਪਸ ਉੱਪਰ ਜਾਣ ਲਈ ਸਾਨੂੰ ਬਹੁਤ ਚੀਜ਼ਾਂ ਬਾਰੇ ਦੱਸਦੇ ਆ। ਅੱਛਾ ਤੇ ਜਦੋਂ ਆਉਂਦੇ ਹੈਗੇ ਤੁਹਾਡੇ ਨਾਲ ਇੰਟਰੈਕਟ ਕਰਦੇ ਹੈਗੇ। ਹਾਂਜੀ ਗੇਮ ਲਾਉਂਦੇ ਸਾਡੇ ਨਾਲ ਜਿੱਦਾਂ ਉੱਪਰਲੇ ਕੈਂਪ 'ਚ ਜਿੱਦਾਂ ਸਾਡੇ ਨਾਲ ਆਉਂਦੇ ਸਾਨੂੰ ਸਾਰੀਆਂ ਚੀਜ਼ਾਂ ਬਾਰੇ ਦੱਸਦੇ ਆ ਕਿ ਤੁਸੀਂ ਕਿ ਉੱਪਰ ਟਿਪਸ ਕਿੱਦਾਂ ਜਾਣਾ ਹੈ ਕੀ ਕਰਨਾ ਹੈ ਸਭ ਕੁਝ ਸਾਨੂੰ ਦੱਸਦੇ ਆ। ਜਦੋਂ ਆਉਂਦੇ ਆ ਉਹ ਕੈਂਪ ਤੋਂ ਵਾਪਸ ਸਾਡੇ ਨਾਲ ਰਹਿੰਦੇ ਆ ਤੁਹਾਡੇ ਨਾਲ ਜਿੱਦਾਂ ਪਲੇਅਰ ਸੰਗ ਪਲੇਅਰਾਂ ਦੇ ਨਾਲ ਉੱਪਰਲੇ ਲੈਵਲ 'ਚ ਬਿਲਕੁਲ ਸਾਡੇ ਨਾਲ ਰਹਿੰਦੇ ਇੰਟਰੈਕਟ ਕਰਦੇ ਆ। ਜੀ ਤੇ ਇਹਨਾਂ ਨਾਲ ਹੀ ਇਸ ਵੇਲੇ ਲਵਪ੍ਰੀਤ ਤੇ ਗੁਰਜੋਤ ਨੂੰ ਵੀ ਮੈਂ ਇੱਥੇ ਬੁਲਾਣਾ ਚਾਹਾਂਗੀ ਹੁਣੇ ਐਸ਼ਪ੍ਰੀਤ ਨੇ ਦੱਸਿਆ ਮੈਨੂੰ ਕਿ ਉਹ ਦੋਨੋਂ ਆ ਕੇ ਇੱਥੇ ਗੇਮਸ ਲਗਾਉਂਦੇ ਹੈਗੇ ਤੇ ਤੁਹਾਡਾ ਮਤਲਬ ਤਿੰਨਾਂ ਦਾ ਇੱਕ ਹੀ ਬੈਚ ਹੈਗੇ ਹਾਂਜੀ ਹਾਂਜੀ ਅੱਛਾ ਤੇ ਕਿਦਾਂ ਤੁਸੀਂ ਜਦੋਂ ਗੇਮ ਲਗਾਉਂਦੇ ਹੈਗੇ ਉਹ ਤੇ ਹੁਣ ਉਹ ਮਤਲਬ ਤੁਸੀਂ ਦੇਖ ਰਹੋ ਟੋਕੀਓ 올림픽 ਦੇ ਵਿੱਚ ਕੁਆਲੀਫਾਈ ਕੀਤੇ ਹੈਗੇ ਬਹੁਤ ਹੀ ਮਾਣ ਦੀ ਗੱਲ ਹੈ ਤੁਸੀਂ ਤੈਨੂੰ ਆਪਣਾ ਨੇ ਮੈਨੂੰ ਦੱਸਣਾ ਹੈਗਾ ਕਿ ਏਮ ਹੁਣ ਤੁਹਾਡਾ ਕੀ ਹੈਗਾ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਵੀ ਕੁਝ ਸਾਲਾਂ ਬਾਅਦ ਕਿੱਥੇ ਆਪਣੇ ਆਪ ਨੂੰ ਦੇਖਦੇ ਹੋ ਅਸੀਂ ਵੀ ਜੀ ਹੁੰਦੇ ਹਾਂ ਇੰਨਾ ਵਾਂਗ ਇੰਟਰਨੈਸ਼ਨਲ ਚ ਸਿਲੈਕਸ਼ਨ ਹੋਣਾ ਖੋਣਾ ਚਾਹੁੰਦੇ ਆ ਤੇ ਅਸੀਂ ਵੀ 올림픽 ਖੇਡਣਾ ਚਾਹੁੰਦੇ ਆ ਜੀ ਤੇ ਸਾਡੀ ਉਹਨਾਂ ਨੂੰ ਵੈਸ਼ ਵਿਸ਼ਾ ਕਿ ਉਹ ਉੱਥੋਂ ਟਰੋਫੀ ਤੇ ਮੈਡਲ ਜਿੱਤ ਕੇ ਆਉਣ ਜੀ ਸੇਮ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਹਾਂ ਇੰਡੀਆ ਲੈਵਲ ਤੇ ਤੇ 올림픽 ਚ ਪਾਰਟ ਲੈਣਾ ਹਾਂਜੀ ਮੈਡਮ ਇੱਥੇ ਤੁਹਾਨੂੰ ਕੋਚਿੰਗ ਜਦੋਂ ਕਰਾਈ ਜਾਂਦੀ ਹੈ ਤੇ ਡਾਈਟ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਤੁਹਾਨੂੰ ਨਹੀਂ ਡਾਈਟ ਪ੍ਰੋਪਰ ਮਿਲਦੀ ਵੀ ਆ ਤੇ ਜੇ ਕਿਸੇ ਬੱਚਾ ਕੋ ਘਰ ਨਹੀਂ ਗਰੀਬ ਉਹਨਾਂ ਨੂੰ ਵੀ ਪ੍ਰੋਪਰ ਸਹਾਇਤਾ ਦਿੱਤੀ ਜਾਂਦੀ ਹੈ ਓਕੇ ਗ੍ਰੇਟ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੈਗੇ ਹੋ ਹੱਲੇ ਤੱਕ ਤਾਂ ਇਹ ਆਪਾਂ ਪ੍ਰੈਕਟਿਸ ਪੂਰੀ ਕਰ ਰਹੇ ਆ ਆਪਣੇ ਜੋਰ ਨਾਲ ਕਿੱసే ਤੱਕ ਆਪਾਂ ਉੱਪਰਲੇ ਲੈਵਲ ਤੱਕ ਜਾ ਸਕਦੇ ਆ ਹੱਲੇ ਤੱਕ ਤਾਂ ਆਪਾਂ ਪੂਰਾ ਜੋਰ ਲਾਉਣ ਦੇ ਆ ਆਪਣੀ ਵਰਾਇਟ ਸੇ ਠੀਕ ਬਾਕੀ ਕਿੰਨੇ ਘੰਟੇ ਤੁਸੀਂ ਪ੍ਰੈਕਟਿਸ ਨੂੰ ਦਿੰਦੇ ਹੈਗੇ ਆਪਣੇ 2 ਆਵਰਸ ਜਾਂ 3 ਆਵਰਸ ਤਾਂ ਰੈਗੂਲਰ ਹੈਗੀ ਹੈ ਅੱਛਾ ਰੋਜ਼ ਕਰਨੀ ਕਰਨੀ ਹੁੰਦਾ ਠੀਕ ਹੈ ਬਸ ਸੰਡੇ ਰੈਸਟ ਬਾਕੀ ਹਾਂਜੀ ਸੋ ਜੀ ਇਹ ਪਾ ਵੇਖਨੇ ਸਾਡੇ ਇੰਡੀਅਨ ਹਾਕੀ ਟੀਮ ਦਾ ਇਹਨਾਂ ਨੂੰ ਮਿਲ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਇਹਨਾਂ ਦਾ ਥੋੜਾ ਜਿਹਾ ਟਾਈਮ ਮੈਂ ਵਿੱਚੋਂ ਲਿੱਤਾ ਹੈਗਾ ਪ੍ਰੈਕਟਿਸ ਦੇ ਵਿੱਚ ਕਿਉਂਕਿ ਹੁਣ ਇਹਨਾਂ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਟੁੱਪ ਦੇ ਥੱਲੇ ਇਹ ਜਿਸ ਤਰ੍ਹਾਂ ਪ੍ਰੈਕਟਿਸ ਕਰ ਰਹੇ ਹੈਗੇ ਆ ਲੱਗ ਰਿਹਾ ਮੌਸਮ ਬਹੁਤ ਹੀ ਵਧੀਆ ਹੈ ਇਹਨਾਂ ਦੇ ਪਸੀਨਿਆਂ ਨੂੰ ਦੇਖਦੇ ਹੋਏ ਆਓ ਹੁਣ ਤੁਹਾਨੂੰ ਮਿਲਾਨੇ ਹੈਗੇ ਆ ਇੰਟਰਨੈਸ਼ਨਲ ਅੰਪਾਇਰ ਇੰਡੀਅਨ ਹਾਕੀ ਟੀਮ ਦੇ ਨਾਲ ਇਸ ਵੇਲੇ ਜੋ ਸ਼ਖਸ ਅਰ ਨਾਲ ਮੌਜੂਦ ਹੈਗੇ ਉਹਨਾਂ ਨਾਲ ਬੜੇ ਕੀਮਤੀ ਸਮਾਂ ਆਪਾਂ ਮੰਗਿਆ ਹੈਗਾ ਕਿ ਥੋੜਾ ਜਿਹਾ ਸਮਾਂ ਸਾਨੂੰ ਦੋ ਤਾਂ ਕਿ ਆਪਾਂ ਹੋਰ ਬੈਟਰ ਤਰੀਕੇ ਦੇ ਨਾਲ ਇੰਡੀਅਨ ਹਾਕੀ ਟੀਮ ਨੂੰ ਸਮਝ ਪਾਈਏ ਇਹ ਹੈਗੇ ਨੇ ਜੀ ਇੰਟਰਨੈਸ਼ਨਲ ਅੰਪਾਇਰ ਇੰਡੀਅਨ ਹਾਕੀ ਟੀਮ ਦੇ ਵਰਲਡ ਦੇ ਜਿਹੜੇ ਪਹਿਲੇ 15 ਬੈਸਟ ਅੰਪਾਇਰਸ ਹੈਗੇ ਆ ਉਹਨਾਂ ਵਿੱਚ ਇਹਨਾਂ ਦਾ ਨਾਮ ਮੌਜੂਦ ਹੈਗਾ ਨਾਮ ਹੈ ਜੀ ਗੁਰਿੰਦਰ ਸਿੰਘ ਸੰਗਾ ਜੀ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਸਰ ਤੁਸੀਂ ਬਹੁਤ ਨੇੜਿਓਂ ਦੇਖ ਰਹੇ ਹੈਗੇ ਉਸ ਪੂਰੀ ਸਿਚੁਏਸ਼ਨ ਨੂੰ ਜਦੋਂ ਤੁਸੀਂ ਆਪਣੇ ਪਲੇਅਰਸ ਨੂੰ ਦੇਖਦੇ ਹੈਗੇ ਉਹ ਖੇਡਦੇ ਹੋਏ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਜੱਜ ਕਰਦੇ ਹੈਗੇ ਉਸ ਪੂਰੀ ਟੀਮ ਨੂੰ ਜੀ देखो सबसे पहला ते बहुत मान महसूस ਹੁੰਦਾ ਹੈ ਕਿ ਜਦੋਂ ਆਪਣੇ ਬੱਚੇ ਇਸ ਲੈਵਲ ਤੇ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਬੜੀ ਮਾਨ ਦੀ ਗੱਲ ਹੁੰਦੀ ਹੈ ਕਿ ਪੰਜਾਬ ਦੇ ਸਮੇ ਜਿਹੜੀ 올림픽ਸ ਦੀ ਟੀਮ ਹੈ ਉਹਦੇ ਵਿੱਚ 8 ਬੱਚੇ ਪੰਜਾਬ ਦੇ ਰਿਪਰੈਜ਼ੈਂਟ ਕਰ ਰਹੇ ਆ ਲੇਕਿਨ ਅਸੀਂ ਇਸ ਸਟੇਜ ਤੇ ਇਕੱਲੇ ਅਸੀਂ ਇੱਕ ਰੀਜਨ ਜਾਂ ਸਟੇਟ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ 올림픽ਸ ਦੀ ਤਿਆਰੀ ਚੱਲ ਰਹੀ ਹੈ ਔਰ ਪੂਰੇ ਦੇਸ਼ ਦੀ ਦੇਸ਼ ਲਈ ਮਾਣ ਵਾਲੀ ਗੱਲ ਹੈ ਔਰ ਉਸ ਦੇ ਵਿੱਚੋਂ ਸਭ ਤੋਂ ਮਾਣ ਵਾਲੀ ਗੱਲ ਸਾਨੂੰ ਇਹ ਆ ਕਿ ਸਾਡਾ ਇਸੇ ਗਰਾਊਂਡ ਦਾ ਖਿਡਾਰੀ ਮਨਪ੍ਰੀਤ ਸਿੰਘ ਜੋ ਕਿ ਭਾਰਤੀ ਹਾਕੀ ਟੀਮ ਦੀ 21 ਸਾਲ ਬਾਅਦ ਕਿਸੇ ਪੰਜਾਬੀ ਦੇ ਹੱਥ ਕਪਤਾਨੀ ਦੀ ਕਮਾਨ ਲੱਗੀ ਆ ਔਰ ਉਹ ਅਗਵਾਈ ਕਰ ਰਿਹਾ ਔਰ ਇਸੇ ਹੀ ਗਰਾਊਂਡ ਤੋਂ ਖੇਡੇ ਹੋਏ ਦੋ ਖਿਡਾਰੀ ਫਰਸਟ 16 ਦੇ ਵਿੱਚ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ 올ਿਮਪਿਕਸ ਦੇ ਵਿੱਚ ਔਰ ਵਰਨ ਕੁਮਾਰ ਤੀਸਰਾ ਜੋ ਖਿਡਾਰੀ ਆ ਉਹ ਵੀ ਟੀਮ ਦੇ ਨਾਲ ਸਟੈਂਡ ਬਾਈ ਦੇ ਤੌਰ ਤੇ 올림픽ਸ ਦੇ ਵਿੱਚ شمار ਕਰੇਗਾ ਔਰ ਇਹ ਮਾਨ ਵਾਲੀ ਗੱਲ ਹੁੰਦੀ ਹੈ ਦੂਸਰੀ ਗੱਲ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਕਿ ਕਿਹੋ ਜੀ ਪਰਫਾਰਮੈਂਸ ਅਸੀਂ ਜੇ ਅਸੀਂ ਆंकीਏ ਤੇ ਬੜੀ ਯੂਥ ਔਰ ਐਕਸਪੀਰੀਅੰਸ ਦਾ ਮਿਕਸ ਬਲੈਂਡ ਲਿਆ ਕੋਚ ਨੇ ਜਿਹੜਿਆ ਸਿਲੈਕਸ਼ਨ ਕੀਤੀ ਹੈ ਟੀਮ ਦੀ ਔਰ ਸਾਨੂੰ ਅੱਛੀ ਆਸ ਹੈ ਕਿ ਟੀਮ ਅੱਛਾ ਪਰਫਾਰਮ ਕਰੇਗੀ 노 ਡਾਊਟ ਕੋਵਿਡ ਦੇ ਕਾਰਨ ਕੁਝ ਚੀਜ਼ਾਂ ਦੀ ਕਮੀ ਰਹੀ ਆ ਕਿ ਇੰਡੀਆ ਦੇ ਜਿਹੜੇ ਪ੍ਰੋ ਲੀਗ ਮੈਚੇਸ ਸੀ ਉਹ ਕੈਨਸਲ ਹੋ ਗਏ ਸੀ ਕੁਝ ਮੈਚ ਖੇਡੇ ਸੀ ਬਾਕੀ ਮੈਚੇਸ ਕੈਨਸਲ ਹੋ ਗਏ ਸੀ ਜੋ ਜਿਹੜਾ ਹਾਈ ਮੈਚ ਟੈਂਪਰਮੈਂਟਲ ਪ੍ਰੈਕਟਿਸ ਹੈ ਉਸ ਦੇ ਜ਼ਰੂਰ ਵਿੱਚ ਲੈਕ ਕੀਤਾ ਥੋੜਾ ਟੀਮ ਨੇ ਲੇਕਿਨ ਕੈਂਪ ਦੇ ਵਿੱਚ ਕੋਚਸ ਨੇ ਇਹ ਕੀਤਾ ਕਿ ਦੋ ਕੋਰ ਗਰੁੱਪ ਸੀਗਾ ਦੋ ਟੀਮਾਂ ਦੇ ਵਿੱਚ ਵੰਡ ਕੇ ਉਹਨਾਂ ਦੇ ਵੀਕਲੀ ਉਹਨਾਂ ਦੇ ਹਫਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਮੈਚੇਸ ਹੁੰਦੇ ਸੀ ਉਸੇ ਇੰਟੈਂਸਿਟੀ ਤੇ ਤੇ ਆਸ ਕਰਦੇ ਹਾਂ ਅਸੀਂ ਤੇ ਇਹੀ ਕਾਮਨਾ ਕਰਦੇ ਹਾਂ ਕਿ ਟੀਮ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰਕੇ 골ਡ ਮੈਡਲ ਲੈ ਕੇ ਆਵੇ ਜੀ ਜੀ ਤੇ ਸਰ ਇੱਕ ਐ ਵੀ ਬੜੀ ਇੰਟਰਸਟਿੰਗ ਗੱਲ ਹੁੰਦੀ ਹੈ ਜਦੋਂ ਆਪਾਂ ਟੀਵੀ ਤੇ ਮੈਚ ਦੇਖ ਰਹੇ ਹੁੰਨੇ ਆ ਤੇ ਅੰਪਾਇਰ yellow card ਦਿੰਦਾ ਹੈ ਫਿਰ red card ਦਿੰਦਾ ਹੈ ਤੇ ਉਹ ਫਿਰ ਇੱਕ ਬੜਾ ਇੱਕ ਮਨ ਦੇ ਵਿੱਚ ਪਰਤੂ ਜਾ ਪੈ ਜਾਂਦਾ ਹੈ ਕਿ ਹੁਣ ਨਾ ਮਿਲ ਜਾਏ ਜਾਂ ਫਿਰ ਕਈ ਵਾਰ ਜਾਣ ਕੇ ਵੀ ਅਟਕਾ ਦਿੰਦੇ ਹੈਗੇ ਉਹ ਸਰ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਨਹੀਂ ਮੈਮ ਉਹਦੇ ਵਿੱਚ ਜਾਣ ਕੇ ਕੁਝ ਨਹੀਂ ਹੁੰਦਾ ਲੇਕਿਨ ਇਹ ਹੁੰਦਾ ਹੈ ਕਿ ਦੇਖਣ ਵਾਲਿਆਂ ਨੂੰ ਲੱਗਦਾ ਦੇਖਣ ਵਾਲੇ ਨੂੰ ਇਹ ਲੱਗਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਅੰਪਾਇਰ ਜਿਹੜਾ ਹੁੰਦਾ ਉਹ ਇੱਕ ਜੱਜ ਦੇ ਤੌਰ ਤੇ ਕੰਮ ਕਰਦਾ ਹੈ ਗਰਾਊਂਡ ਦੇ ਵਿੱਚ ਉਹਨੇ ਅਸੀਂ ਜੋ ਅੰਪਾਇਰ ਟਰਮਨੋਲੋਜੀ ਦੇ ਵਿੱਚ ਅਸੀਂ ਇਹ ਆਖਦੇ ਹਾਂ ਕਿ ਅੰਪਾਇਰ ਨੇ ਇੱਕ ਟ੍ਰੈਫਿਕ ਪੁਲਿਸ ਦਾ ਰੋਲ ਅਦਾ ਕਰਨਾ ਹੁੰਦਾ ਕਿ ਜੇ ਟ੍ਰੈਫਿਕ ਵਧੀਆ ਚੱਲ ਰਹੀ ਹੈ ਤੇ ਉਹਨੂੰ ਸਮੂਥਲੀ ਆਪਾਂ ਗ੍ਰੀਨ ਸਿਗਨਲ ਤੇ ਹੀ ਚਲਾਉਂਦੇ ਰਹਿਣਾ ਜਾਂ ਉਹਨੂੰ ਕਿਤੇ ਵਾਰਨ ਕਰਨਾ ਲੇਕਿਨ ਜੇ ਲੱਗੇ ਕਿ ਕੋਈ ਰੂਲਸ ਨੂੰ ਜਿਆਦਾ ਵਾਇਓਲੇਟ ਕਰ ਰਿਹਾ ਤੇ ਫਿਰ ਡੈਫੀਨੇਟਲੀ ਉਹਦੇ ਲਈ ਗ੍ਰੀਨ ਕਾਰਡ ਅੱਜਕਲ 2 ਮਿੰਟ ਦੀ ਸਸਪੈਂਸ਼ਨ ਹੈ yellow ਕਾਰਡ ਦਿੱਤਾ ਜਾਂਦਾ ਹੈ ਮਿਨਿਮਮ 5 ਮਿੰਟ ਸਸਪੈਂਸ਼ਨ ਹੈ ਉਹ ਅਗਰ ਜਿਆਦਾ ਕਿਸੇ ਦੀ ਆਫੈਂਸਿਵ ਵਾਇਲੇਸ਼ਨ ਹੋਵੇ ਤੇ ਰੈੱਡ ਕਾਰਡ ਵੀ ਯੂਜ਼ ਕੀਤਾ ਜਾਂਦਾ ਲੇਕਿਨ ਜਨਰਲੀ ਅੰਪਾਇਰਜ਼ ਦੀ ਕੋਸ਼ਿਸ਼ ਬੀਇੰਗ ਐਜ਼ ਅੰਪਾਇਰ ਮੈਂ ਅੱਜ ਜਿਹੜਾ ਐਜ਼ ਅੰਪਾਇਰਜ਼ ਮੈਨੇਜਰ ਵੀ ਗਾਈਡ ਇਹੀ ਕਰਦੇ ਆਂ ਕਿ ਇੱਕ ਅੰਪਾਇਰ ਦੇ ਲਈ ਵੀ ਬੈਸਟ ਮੈਚ ਉਹ ਹੁੰਦਾ ਕਿ ਜਿਹੜਾ ਤੁਸੀਂ ਮੈਚ ਵਿਦਆਊਟ ਕਾਰਡ ਵਧੀਆ ਹੌਕੀ ਦਾ ਮੈਚ ਕੰਪਲੀਟ ਕੀਤਾ ਉਹ ਅੰਪਾਇਰ ਲਈ ਵੀ ਇੱਕ ਵਧੀਆ ਮੈਸੇਜ ਜਿਹੜਾ ਜਾਂਦਾ ਕਿ ਜੇ ਪਲੇਅਰਸ ਖੇਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਵਿਦਨ ਰੂਲਸ ਦੀ ਲਿਮਿਟਸ ਦੇ ਵਿੱਚ ਵਧੀਆ ਤਰੀਕੇ ਨਾਲ ਖੜਾਇਆ ਜਾਵੇ ਜੀ ਤੇ ਸਰ ਤੁਸੀਂ ਟਾਪ ਅੰਪਾਇਰਸ ਦੇ ਵਿੱਚ ਆਉਂਦੇ ਹੈਗੇ ਹੋ ਵਰਲਡ ਦੇ ਜੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈਗਾ ਕਿ ਅੰਪਾਇਰ ਦੀ ਪਾਰਸ਼ੀਅਲਿਟੀ ਨਾ ਚਾਹੁੰਦੇ ਹੋਏ ਵੀ ਕਿਤੇ ਨਾ ਕਿਤੇ ਆ ਜਾਂਦੀ ਹੈ ਕਿ ਯਾਰ ਮੇਰੀ ਟੀਮ ਮਤਲਬ ਫਿਰ ਵੀ ਕਿਤੇ ਨਾ ਕਿਤੇ ਬੈਕ ਆਫ ਦਾ ਮਾਈਂਡ ਰਹਿ ਕਿ ਮੇਰੀ ਟੀਮ ਵਧੀਆ ਖੇਡ ਜਾਈ ਨਹੀਂ ਮੈਮ ਉਹ ਦੇਖੋ ਹਰ ਬੰਦੇ ਦਾ ਜੇ ਇੱਕ ਪਲੇਅਰ ਦਾ ਆਪਣਾ ਕੈਰੀਅਰ ਹੈ ਤੇ ਇੱਕ ਕੰਪਾਇਰ ਦਾ ਵੀ ਇੱਕ ਕੈਰੀਅਰ ਹੈ ਕਿਉਂਕਿ ਉਸ ਨੂੰ ਵੀ ਬਕਾਇਦਾ ਜਿਵੇਂ ਪਲੇਅਰਜ਼ ਨੂੰ ਉਹਨਾਂ ਦੇ ਕੋਚਸ ਆਂਕਦੇ ਨੇ ਇਸੇ ਤਰ੍ਹਾਂ ਹੀ ਅੰਪਾਇਰਜ਼ ਨੂੰ ਟੂਰਨਾਮੈਂਟ ਦੇ ਵਿੱਚ ਅੰਪਾਇਰ ਮੈਨੇਜਰ ਔਰ ਟੂਰਨਾਮੈਂਟ ਡਾਇਰੈਕਟਰ ਉਹਨਾਂ ਨੂੰ ਅਸੈਸ ਕਰਦੇ ਨੇ ਉਹਨਾਂ ਦੇ ਹਰ ਮੈਚ ਦੀ ਫੀਡਬੈਕ ਜਿਵੇਂ ਹੁਣ ਮੈਂ ਬਤੌਰ ਅੰਪਾਇਰਜ਼ ਮੈਨੇਜਰ ਜਾ ਰਿਹਾ ਹਾਂ ਅੰਪਾਇਰ ਦਾ ਟ੍ਰੇਨਰ ਜਾ ਰਿਹਾ ਹਾਂ ਤੇ ਅਸੀਂ ਹਰ ਮੈਚ ਤੇ ਉਹਨੂੰ ਡੀਬਰੀਫ ਕਰੀਦਾ ਮੈਚ ਤੋਂ ਬਾਅਦ ਅੰਪਾਇਰ ਨੂੰ ਕਿ ਤੁਸੀਂ ਇਸ ਦੇ ਵਿੱਚ ਕੀ ਹੋਰ ਵਧੀਆ ਕਰ ਸਕਦੇ ਸੀਗੇ ਕੀ ਤੁਹਾਡੀਆਂ ਇਹਨਾਂ ਦੇ ਵਿੱਚ ਕਮੀਆਂ ਰਹੀਆਂ ਨੇ ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਟੂਰਨਾਮੈਂਟ ਦੇ ਐਂਡ ਤੇ ਅਸੀਂ ਹਰ ਅੰਪਾਇਰ ਨੂੰ ਉਹਦੀ ਫੀਡਬੈਕ ਰਿਪੋਰਟ ਦੇਈਦੀ ਆ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਤੇ ਐਫਆਈਏ ਚ ਨੂੰ ਵੀ ਉਹਦੀ ਕਾਪੀ ਜਾਂਦੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੂੰ ਵੀ ਔਰ ਅੰਪਾਇਰ ਨੂੰ ਵੀ ਜਾਂਦੀ ਆ ਕਿ ਤੁਸੀਂ ਕੀ ਇਸ ਟੂਰਨਾਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ अच्छੀਆਂ ਚੀਜ਼ਾਂ ਕੀਤੀਆਂ ਕਿਹੜੀਆਂ ਤੁਹਾਡੇ ਗ੍ਰੇ ਏਰੀਆ ਜਿੱਥੇ ਤੁਸੀਂ ਹੋਰ ਇੰਪਰੂਵ ਕਰ ਸਕਦੇ ਹੋ ਉਹ ਇਸ ਲਈ ਅੰਪਾਇਰ ਕਦੀ ਵੀ ਪਾਰਸ਼ਲ ਨਹੀਂ ਹੁੰਦਾ ਅਸੀਂ ਇਹ ਸਾਨੂੰ ਜ਼ਰੂਰ ਲੱਗਦਾ ਕਿ ਜੇ ਅਗਰ ਮੈਂ ਟੀਮ ਦਾ ਕੋਚ ਆਉਂਗਾ ਕਿ ਮੈਂ ਕਹਾਂਗਾ ਕਿ ਸਾਰੀਆਂ ਵਿਸਲਸ ਮੇਰੀ ਫੇਵਰ ਚ ਵੱਜਣੀਆਂ ਚਾਹੀਦੀਆਂ ਨੇ ਲੇਕਿਨ ਅੰਪਾਇਰ ਦਾ ਵੀ ਆਪਣੀ ਉਹਨੂੰ ਆਪਣੀ ਪਰਫਾਰਮੈਂਸ ਨੂੰ ਉੱਤੇ ਲੈ ਕੇ ਜਾਣ ਲਈ ਉਹਨੂੰ ਵੀ ਅਚੀਵ ਉੱਪਰਲਾ ਲੈਵਲ ਕਰਨ ਦੇ ਲਈ ਬੈਸਟ ਪਰਫਾਰਮੈਂਸ ਦੇਣੀ ਪੈਂਦੀ ਆ ਜਿਵੇਂ ਕਈ ਵਾਰੀ ਹੋ ਜਾਂਦਾ ਇਹ ਮੈਂ ਨਹੀਂ ਕਹਿੰਦਾ ਕਿ ਡਿਸੀਜਨਸ ਕਿਤੇ ਗਲਤ ਹੋ ਸਕਦੇ ਨੇ ਕਿਉਂਕਿ ਪਲੇਅਰਸ ਵੀ ਸਟੋਕ ਪੈਨਲਟੀ ਸਟੋਕ ਵੀ ਮਿਸ ਕਰ ਜਾਂਦੇ ਨੇ ਤੇ ਇਸ ਲਈ ਅੰਪਾਇਰ ਦੇ ਵਿੱਚ ਵੀ ਹਿਊਮਨ 에ਰਰ ਹੋਦੀ ਕਪੈਸਿਟੀ ਹੁੰਦੀ ਆ ਕਿਉਂਕਿ 70 ਮਿੰਟ 60 ਮਿੰਟ ਉਸੇ ਰਨਿੰਗ ਦੇ ਵਿੱਚ ਸਾਰੇ ਡਿਸੀਜਨਸ ਦੇਣੇ ਹੁੰਦੇ ਕਿਉਂਕਿ ਡਿਸੀਜਨ ਦੇਣੇ ਹੁੰਦੇ ਆ ਕਿਤੇ ਮਿਸਟੇਕਸ ਹੋ ਸਕਦੀਆਂ ਨੇ ਵੀਡੀਓ ਰੈਫਰਲ ਹੁੰਦੇ ਨੇ ਕੋਈ ਇਸ਼ੂ ਨਹੀਂ ਆ ਕਿ intentionally ਕੋਈ ਵੀ ਮਾੜੀ ਹਰਕਤ ਕਿਸੇ ਵੀ ਬਾਇਸ ਨਹੀਂ ਹੋਣਾ ਚਾਹੀਦਾ ਕਦੀ ਅੰਪਾਇਰ ਨੂੰ ਅਦਰਵਾਈਜ਼ ਅੰਪਾਇਰ ਵੀ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਜੀ ਸਰ ਹੁਣ ਤੁਸੀਂ ਭਾਰਤ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹਨਾਂ ਨੂੰ ਹੋਰ ਕੀ ਇਮਪਰੂਵਮੈਂਟ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਹੋਰ ਉਤਸ਼ਾਹਿਤ ਹੋ ਸਕਣ ਟੀਮ ਦੇ ਵਿੱਚ ਆਉਣ ਦੇ ਲਈ ਦੇਖੋ ਜੀ ਭਾਰਤ ਸਰਕਾਰ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੇਡ ਪਾਲਿਸੀ ਦੇ ਵਿੱਚ ਜਿਹੜਾ ਮੈਂ ਇਹ ਰਿਕੁਐਸਟ ਕਰਾਂਗਾ ਕਿ ਖੇਡਾਂ ਦੇ ਲਈ ਬਜਟ ਨੂੰ ਹੋਰ ਵੀ ਇਨਕਰੀਸ ਕਰਨਾ ਚਾਹੀਦਾ ਕਿਉਂਕਿ ਇਹ ਹੀ ਸਾਡੀ ਕਮਾਈ ਆ ਜਿਹੜੀ ਇਸੇ ਚੀਜ਼ ਨੇ ਸਾਨੂੰ ਇੰਪਰੂਵਮੈਂਟ ਜਿਹੜਾ ਇਨਫਰਾਸਟ੍ਰਕਚਰ ਕਰ ਰਹੀ ਹੈ ਅਸੀਂ ਜਿੰਨੇ ਵੀ ਡਿਵੈਲਪਮੈਂਟ ਕਰਾਂਗੇ ਉਸੇ ਚੀਜ਼ ਨੇ ਡਿਵੈਲਪ ਕਰਨੀਆਂ ਹੈ ਕੰਟਰੀ ਦੀ ਸਪੋਰਟਸ ਕਿਉਂਕਿ ਜਿਵੇਂ ਤੁਸੀਂ ਵੇਖ ਰਹੇ ਹੋ ਸਾਡੇ ਕੋਲ ਬੜਾ ਅੱਛਾ ਕਹਾ ਦਾ ਮੈਦਾਨ ਹੈ ਇਸ ਗਰਾਊਂਡ ਦੇ ਵਿੱਚ ਇੱਕ ਸਮਾਂ ਸੀ ਕਿ ਸਾਡੇ ਚਾਰ ਖਿਡਾਰੀ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਪ੍ਰੈਜ਼ੈਂਟਲੀ ਵੀ ਤਿੰਨ ਬੰਦੇ ਰਿਪਰੈਜ਼ੈਂਟ ਕਰ ਰਹੇ ਨੇ ਕਿ ਲੇਕਿਨ ਫਿਰ ਵੀ ਅਸੀਂ ਅਜੇ ਕਹਾ ਦੇ ਮੈਦਾਨ ਦੇ ਉੱਪਰ ਹੀ ਬੱਚਿਆਂ ਨੂੰ ਟ੍ਰੇਨਿੰਗ ਕਰਵਾ ਰਹੇ ਆ ਮੈਂ ਦਾਅਵੇ ਨਾ ਕਹਿ ਸਕਦਾ ਕਿ ਜੇ ਸਾਨੂੰ ਇੱਥੇ ਆਸਟੋਟਰ ਪ੍ਰਦਾਨ ਹੋ ਜਵੇ ਤੇ ਇਸੇ ਤਰ੍ਹਾਂ ਹੀ ਇੰਡੀਆ ਦੀਆਂ ਜਿਹੜੀਆਂ ਅੱਛੀਆਂ ਪਿਕਟਸ ਨੇ ਜਿੱਥੇ ਅੱچھے ਸੈਂਟਰ ਚੱਲ ਰਹੇ ਨੇ ਉੱਥੇ ਆਸਟੋਟਰਸ ਦੇ ਮੈਦਾਨ ਪ੍ਰਦਾਨ ਕੀਤੇ ਜਾਣ ਤੇ ਕੋਈ ਇਸ਼ੂ ਨਹੀਂ ਕਿ ਅੱਜ ਸਾਡੇ ਦੋ ਜਾਂ ਤਿੰਨ ਖਿਡਾਰੀ ਇੰਡੀਆ ਟੀਮ 'ਚ ਖੇਡ ਰਹੇ ਨੇ ਤੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪੰਜ-ਪੰਜ ਖਿਡਾਰੀ ਇੱਕ ਟਾਈਮ ਤੇ ਇੰਡੀਆ ਟੀਮ ਨੂੰ ਦੇ ਸਕਦੇ ਹਾਂ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਬਨੇ ਰਹਿੰਦੇ ਹੋ ਧੰਨਵਾਦੀ ਥੈਂਕ ਯੂ ਐਸਜੀ ਗੁਰਿੰਦਰ ਸਿੰਘ ਸੰਗਾ ਜੀ ਜਿਨ੍ਹਾਂ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਸੀਂ ਤੁਹਾਨੂੰ ਇਧਰ ਦੇ ਕੋਚ ਦੇ ਨਾਲ ਮਿਲਵਾਇਆ ਮੌਜੂਦਾ ਕੋਚ ਦੇ ਨਾਲ ਮਿਲਵਾਇਆ ਪਲੇਅਰਸ ਦੇ ਨਾਲ ਮਿਲਵਾਇਆ ਇੰਟਰਨੈਸ਼ਨਲ ਅੰਪਾਇਰ ਦੇ ਨਾਲ ਮਿਲਵਾਇਆ ਬਹੁਤ ਹੀ ਨੇੜਿਓ ਤੁਹਾਨੂੰ ਦਿਖਾਇਆ ਇੰਡੀਅਨ ਹਾਕੀ ਟੀਮ ਨੂੰ ਹੋਰ ਵੀ ਅਜਿਹੀਆਂ ਰਿਪੋਰਟਸ ਲੈ ਕੇ ਆਪਾਂ ਹਾਜ਼ਰ ਹੁੰਦੇ ਰਹਿਣਾ ਮੈਨੂੰ ਇਸੇ ਤਾਹਾਰਦਵਾਜ ਹੁੰਦੇ ਹੋ ਇਜਾਜ਼ਤ ਨਮਸਕਾਰ